ਜਗਰਾਉਂ ਚ ਵੱਡਾ ਹਾਸਾ ਹੋਣ ਟਲਿਆ। ਜਗਰਾਉਂ ਚ ਲੈਵਨ ਸੋਡਾ ਬਣਾਉਣ ਵਾਲੀ ਰੇੜੀ ਤੇ ਸੋਡਿਆਂ ਦਾ ਪੇਟ ਰੱਖਣ ਨਾਲ ਸੋਡਾ ਬਣਾਉਣ ਵਾਲੀ ਹਾਂਡੀ ਤੇ ਬੋਤਲ ਵੱਜਣ ਕਾਰਨ ਹਾਂਡੀ ਟੁੱਟ ਗਈ, ਜਿਸ ਨਾਲ ਇੱਕ ਵਿਅਕਤੀ ਦੇ ਮਾਮੂਲੀ ਸੱਟਾਂ ਵੱਜੀਆਂ। ਪੁੱਤ ਪਿੱਛੇ ਹੋ ਜੀ ਮਾੜਾ ਜਿਹਾ ਪੁੱਤ। ਡਾਲੇ ਭਰਨ ਵਾਲਾ ਬੰਦਾ ਆਇਆ ਸੀਗਾ, ਜਿਹੜਾ ਮਾਲਕ ਸੀ ਰੇੜੀ ਵਾਲਾ, ਉਹਨੇ ਕਿਹਾ ਵੀ ਵੀਰੇ ਨਾ ਰੱਖ, ਦੋ ਦਿਨ ਬਾਜ਼ਾਰ ਬੰਦ ਆ, ਵੀ ਕੱਲ੍ਹ ਨੂੰ ਅਸੀਂ ਲਾਉਣੀ ਨਹੀਂ ਰੇੜੀ। ਉਹ ਬੰਦੇ ਨੇ ਧੱਕੇ ਨਾਲ ਡਾਲਾ ਚੱਕ ਹਾਂਡੀ 'ਤੇ ਮਾਰਿਆ, ਉਹ ਹਾਂਡੀ 'ਚ ਗੈਸ ਸੀਗੀ, ਉਹ ਫਟ ਗਿਆ। ਅਤੇ ਸੱਟ ਪੇਟ ਕਿਹੜੇ ਵੱਜੀ ਜ਼ਿਆਦਾ? ਜਿਹੜਾ ਡਾਲਾ ਰੱਖਣ ਆਇਆ ਬੰਦਾ, ਰੱਖਣ ਵਾਲਾ ਮੁੰਡਾ ਜਿਹਨੇ ਵਿੱਚ ਮਾਰੀ ਡਾਲੇ ਦੇ। ਮਾਲਕ ਠੀਕ ਹੈ ਜੀ ਇਹਨਾਂ ਦਾ? ਮਾਲਕ ਠੀਕ ਆ, ਅਤੇ ਬੜੀਆਂ ਸੱਟਾਂ ਨਹੀਂ, ਨੋਰਮਲ ਜਿਹਾ ਗੈਸ ਵਾਲੀ ਹਾਂਡੀ ਉਹਨੇ ਲਿਆ ਕੇ ਵਿੱਚ ਮਾਰੀ ਆ, ਉਹ ਫਾੜਤੀ। ਅੱਛਾ, ਨਾਲੇ ਬੋਤਲਾਂ ਫਟੀਆਂ ਵਾ, ਬਚਾਅ ਵਾ, ਸਾਰਿਆਂ ਦਾ ਬਹੁਤ ਬਚਾਅ ਵਾ, ਇਹ ਹਸਪਤਾਲ ਖੜ੍ਹੇ ਆ। ਥੋੜ੍ਹਾ ਜਿਹਾ ਉਹਦਾ ਛੁੱਟੀ ਦੇਣ ਲੱਗੇ ਆ, ਬਸ ਉਹ ਕਹਿੰਦੇ ਪੱਟੀ ਇੱਕ ਅੱਧੀ ਕਰਨੀ, ਬਸ ਛੁੱਟੀ ਆ ਬਸ। ਅਤੇ